ਇਹ ਕਿੰਨਾ ਮਾਡਲ ਹੈ? ਇਹ 2017 ਮਾਡਲ ਹੈ। 17 ਮਾਡਲ, ਹਾਂਜੀ ਹਾਂਜੀ। ਇਹ ਓਰੀਜਨਲ ਕਿੰਨੀ ਕਾ ਜੀ? ਸਾਰੀ ਗੱਡੀ ਓਰੀਜਨਲ ਹੈ, ਬੰਪਰ ਟੂ ਬੰਪਰ ਓਰੀਜਨਲ ਹੈ ਸਾਰੀ। ਹਾਂਜੀ ਹਾਂਜੀ, ਦੇਖ ਲਓ 10 ਮਾਡਲ ਹੈ ਜੀ। ਤੇ ਕੈਪਟਨ ਸੀਟ ਵਾਲੀ ਹੈ ਜੀ, ਕੈਪਟਨ ਸੀਟ ਵਾਲੀ। ਇੱਕ ਕੈਪਟਨ ਸੀਟ ਵਾਲੀ ਘੱਟ ਗੱਡੀ ਬਹੁਤ ਘੱਟ ਮਿਲਦੀ ਹੈ ਜੀ। ਲਓ ਜੀ, ਮਤਲਬ ਆਪਣੇ ਕੋਲ ਹਾਜ਼ਰ ਹੈ। ਆਹ ਚੈੱਕ ਕਰੋ ਬਾਈ, ਗੱਡੀ ਤੁਸੀਂ ਕੈਪਟਨ ਸੀਟ ਦੇ ਵਿੱਚ S10 ਫਸਟ ਓਨਰ। ਚੱਲੀ ਕਿੰਨੀ ਹੈ ਜੀ? ਇਹ ਚੱਲੀ ਹੋਈ ਹੈ 86,000 ਜੀ। 86,000 ਮਿੱਤਰੋ, ਵਿਦ ਰਿਕਾਰਡ 86,000 ਚੱਲੀ ਹੋਈ ਹੈਗੀ। ਬਹੁਤ ਵੀ ਡਿਮਾਂਡ ਕਰਦੇ ਬਾਈ, ਸਾਨੂੰ ਗੱਡੀ ਚਾਹੀਦੀ ਆ, ਸਕਾਰਪੀਓ ਵੀ ਚਾਹੀਦੇ ਸਾਨੂੰ, ਕਾਲੇ ਲਾਈਟ ਆ, ਬਿਲਕੁਲ ਨਵੇਂ ਲਾਈਟ ਆ ਬਾਈ, ਲੱਗਣੀ ਝਾਕਰੀਆਂ ਵਾਲੇ, ਹਨਾ? ਠੀਕ ਹੈ, ਚੱਕੀ ਬੋਰਨ ਟਮਾਟਾ ਇਹਦਾ ਆ ਜਾ ਵੀਰੇ, ਬੋਰਨ ਦਿਖਾ ਦੇ ਗੱਡੀ। ਆ ਇੰਜਨ ਦਿਖਾ, ਬੋਰਨ ਚੱਕ ਸ਼ੀਸ਼ੀ ਹੈ ਜੀ। ਵਾਹ ਜੀ ਵਾਹ, ਕੰਪਨੀ ਮੇਡ ਹੈ ਬਾਈ। ਚੈੱਕ ਕਰੋ ਗੱਡੀ ਤੁਸੀਂ, ਮੈਂ ਕਿਹਾ ਲਿਸ਼ਕਾ ਮਾਰਦੀ ਆ, ਚੱਕੋ ਬਾਈ, ਨਵੇਂ ਸਾਲ ਦਾ ਤੋਹਫਾ ਇਹਨੂੰ ਕਹਿੰਦੇ ਹੈਗੇ। ਠੀਕ ਹੈ, ਆ ਬਾਈ ਮੈਂ ਕਹਿੰਦਾ ਜੀ, ਜਮੀ ਨਵੇਂ ਵਰਗਾ ਪੈਣਾ, ਲਾਈਟਾਂ ਲੁੱਟਾਂ ਜੀ। ਹਾਂਜੀ ਹਾਂਜੀ ਵੀਰੇ, ਠੀਕ। ਲਓ ਫਿਰ ਇਹਦਾ ਧਮਾਕਾ ਦੇ ਦਿਓ ਵੀ, ਆਪਾਂ ਇੱਦੂ ਘੱਟ ਦੇਣੀ ਨਹੀਂ ਹੈਗੀ, ਇੰਨੀ ਡਿਮਾਂਡ ਆ ਗਈ। ਫਿਕਸ ਰੇਟ ਜੀ, ਡਿਮਾਂਡ ਹੈਗੀ 7 ਲੱਖ ਰੁਪਇਆ। 7 ਲੱਖ ਡਿਮਾਂਡ ਆ, ਅਤੇ 685 ਦੇਣੀ ਹੈ ਜੀ। ਪੱਕੀ ਗੱਲ ਆ, ਜੇ ਕਿਤੋਂ ਕਾਰ ਮਿਲ ਜੇ। 19 ਮਾਡਲ ਇੱਕ ਵਾਰੀ ਕਾਪੀ ਚੈੱਕ ਕਰ ਲਓ, ਚੈੱਕ ਰੱਖੀ ਵੀਰੇ। ਲੈ ਮਿੱਤਰ, ਮਾਰਕੀਟ ਨਾਲੋਂ ਘੱਟ ਹੋਣਗੇ ਗੇ, ਠੀਕ ਹੈ। ਡੀਲਰ ਵੀ ਲਿਆਉਂਦੇ ਨੇ ਜਦੋਂ ਗੱਡੀਆਂ? ਹਾਂ, ਡੀਲਰ ਵੀ ਲੈ ਜਾਂਦੇ ਨੇ। ਹਾਂ ਜੀ, ਠੀਕ ਹੈ, ਡੀਲਰ ਵੀ ਗੱਡੀਆਂ ਤੋਂ ਲੈ ਕੇ ਜਾਂਦੇ ਨੇ ਆਪਣੇ ਨਾਲ ਹੀ। ਠੀਕ ਹੈ, ਤੇ ਇਹਦੀ ਕੀ ਡਿਟੇਲ ਆਈ ਪਹਿਲੀ I20 ਦੀ? ਇਹ 2015 ਮਾਡਲ ਹੈ। ਠੀਕ ਹੈ, ਆਪਸ਼ਨਲ ਮਾਡਲ ਹੈ। ਆਸਤਾ ਆਪਸ਼ਨਲ, ਹਾਂ, ਪੁਸ਼ ਬਟਨ ਸਟਾਰਟ ਆ। ਠੀਕ ਹੈ, ਨੈਵੀਗੇਸ਼ਨ ਵਾਲੀ? ਨੈਵੀਗੇਸ਼ਨ ਵਾਲੀ, ਹਾਂਜੀ ਹਾਂਜੀ। ਇਹ ਕਿਹੜਾ ਹੈ? ਆਪਸ਼ਨਲ ਵਾਲੀ ਮਾਡਲ ਹੈ? ਆਪਸ਼ਨ ਮਾਡਲ ਹੈ ਜੀ। ਹਾਂ, ਠੀਕ ਹੈ ਜੀ, ਹਾਂਜੀ ਹਾਂਜੀ। ਲੈ ਮਿੱਤਰੋ, ਆਪਸ਼ਨਲ ਮਾਡਲ ਫੀਚਰ ਕਰਕੇ ਪੈ ਜਾਂਦੇ ਆ, ਪੁਸ਼ ਬਟਨ ਆ ਗਏ ਜੀ। ਅੱਛਾ, ਹਾਂ ਜੀ, ਨੈਵੀਗੇਸ਼ਨ ਸਿਸਟਮ ਆ ਗਈ। ਠੀਕ ਹੈ, ਤੇ ਫਿੰਗਰ ਸਿਸਟਮ ਆ ਗਈ। ਅੱਛਾ, ਹਾਂ, ਮਾਗੇ ਫਿੰਗਰਾਂ ਨਾਲ ਹੀ ਖੁੱਲਦੀ ਹੈ ਜੀ ਕਾਰ ਇਹ। ਅੱਛਾ ਜੀ, ਹਾਂ ਹਾਂ ਜੀ, ਠੀਕ ਹੈ। ਲੈ ਮਿੱਤਰੋ, ਬੰਦਾ ਚਾਬੀ ਜੇਬ 'ਚ ਰੱਖ ਕੇ ਕੱਢਣ ਦੀ ਲੋੜ ਨਹੀਂ। ਅੱਛਾ, ਠੀਕ ਹੈ, ਜੇ ਚਾਬੀ ਵਿੱਚ ਰਹੇ, ਚਾਬੀ ਵਿੱਚ ਰਹਿੰਦੀ ਨਹੀਂ, ਜੇਬ 'ਚ ਵਾਸ ਰੱਖ। ਅੱਛਾ ਮਿੱਤਰੋ, ਨਵੇਂ ਸਾਲ 'ਤੇ ਦੇ ਦਈਏ 41 ਸਕਾਰਪੀਓ ਬਾਈ ਜੀ, ਡਿਮਾਂਡ ਬਹੁਤ ਕਰਦੇ ਨੇ, ਅਤੇ ਬਾਈ ਨਵੇਂ ਸਾਲ 'ਤੇ ਤੁਹਾਨੂੰ ਸਾਰੀਆਂ ਆਪਾਂ ਨਵੀਆਂ ਨਵੀਆਂ ਗੱਡੀਆਂ ਦਿਖਾਵਾਂਗੇ। ਤੇ ਬਾਈ ਜੀ ਆਪਣੇ ਨਾਲ ਨੇ ਬਾਈ, ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ। ਕੀ ਹਾਲ ਆ ਜੀ? ਠੀਕ ਠਾਕ ਹੋ? ਹਾਂਜੀ ਹਾਂਜੀ। ਤੇ ਪਹਿਲਾਂ ਤਾਂ ਆਪਣਾ ਐਡਰੈਸ ਲਿਖਾ ਦਿਓ। ਐਡਰੈਸ ਹੈਗਾ ਵੀਰੇ, ਜੱਖ ਰੋਡ, ਸਾਜਲੀ ਪਿੰਡ, ਸਾਜਲੀ ਜੱਖ ਰੋਡ। ਠੀਕ ਹੈ, ਹਾਂਜੀ। ਲੈ ਮਿੱਤਰੋ, ਸਾਜਲੀ ਪਿੰਡ 'ਚ ਖੜੇ ਹਾਂ, ਵਿਸ਼ਕਰਮਾ ਮੋਟਰ, ਡਿਸਟ੍ਰਿਕਟ ਸੰਗਰੂਰ, ਤਹਿਸੀਲ ਸੁਨਾਮ। ਅਤੇ ਬਈ ਆਹ ਜੱਖਲ ਰੋਡ ਆ, ਲਹਿਰ ਨੂੰ ਵੀ ਜਾਂਦਾ, ਅੱਗੇ ਮੂਨਕ ਨੂੰ ਵੀ ਜਾਂਦਾ, ਅਤੇ ਜੱਖਲ ਨੂੰ ਵੀ ਜਾਂਦਾ। ਠੀਕ ਹੈ ਜੀ, ਅਤੇ ਬਈ ਸਕਾਰਪੀਓ ਗੱਡੀ ਲੈ ਕੇ ਆਏਗੇ, ਗੱਡੀਆਂ ਜਿਹੜੀਆਂ ਵੀ ਜਿੰਨੀਆਂ ਵੀ ਹੋਣਗੀਆਂ ਸਾਰੀਆਂ ਨਵੀਆਂ ਹੋਣਗੀਆਂ। ਅਤੇ ਗੱਡੀਆਂ ਦੀ ਆਪਣੀ ਪੂਰੀ ਗਰੰਟੀ ਹੈ ਜੀ ਸਾਰੇ? ਹਾਂਜੀ, ਫੁੱਲ ਗਰੰਟੀ ਹੈ ਜੀ। ਠੀਕ ਹੈ, ਕੋਈ ਐਕਸੀਡੈਂਟ ਕਿਤੋਂ? ਸਭ ਦੀ ਫੁੱਲ ਗਰੰਟੀ ਹੈ ਜੀ, ਕਾਗਜ਼ ਪੱਤਰ ਦੀ, ਐਕਸੀਡੈਂਟ ਦੀ ਕਾਪੀ, ਕਾਗਜ਼ਾਂ ਦੀ ਫੁੱਲ ਗਰੰਟੀ ਜੀ। ਲੈ ਮਿੱਤਰੋ, ਸਭ ਪੱਖਿਓਂ ਓਕੇ, ਤੁਹਾਨੂੰ ਰਿਪੋਰਟ ਮਿਲੂਗੀ, ਜਿਹੜੀ ਚੀਜ਼ ਹੋਊਗੀ ਦੱਸ ਕੇ ਦੇਵੋਗੇ? ਦੱਸ ਕੇ ਦੇਵਾਂਗੇ। ਹਾਂ ਵੀਰੇ, ਠੀਕ ਹੈ। ਮਿੱਤਰੋ, ਤੁਸੀਂ ਰਿਕਾਰਡ ਕਰ ਲਿਓ, ਸਕਰੀਨਸ਼ੋਟ ਕਰ ਲਿਓ, ਕਿਹੜੀ ਗੱਡੀ ਲੈਣੀ ਹੋਊਗੀ, ਮੋਬਾਈਲ ਨੰਬਰ ਚੱਲੂਗਾ ਸਕਰੀਨ 'ਤੇ। ਅਤੇ ਬਾਈ ਆਪਾਂ ਕਰਾਂਗੇ ਸ਼ੁਰੂਆਤ ਗੱਡੀਆਂ ਦੀ, ਪਹਿਲਾਂ ਮੈਂ ਉੱਥੋਂ ਚੱਲੂੰਗਾ, ਸਕਾਰਪੀਓ ਤੁਹਾਨੂੰ ਬਾਅਦ 'ਚ ਦਿਖਾਵਾਂਗੇ। ਆ ਜਾਓ ਜੀ। ਅਤੇ ਕਿੰਨੇ ਗੱਡੀ ਰਹਿਣ ਵਾਲੀ ਨਹੀਂ ਆਪਣੇ ਕੋਲ ਅੱਜ? ਇਸ ਟਾਈਮ ਹੈਗੇ ਮੇਰੇ ਆਪਣੇ 10 ਗੱਡੀਆਂ ਜੀ। 10 ਗੱਡੀਆਂ ਨੇ? ਹਾਂ ਜੀ। I20 ਕਿੰਨੀਆਂ ਨੇਗੀਆਂ? I20 3 ਜੀ। ਲਓ ਮਿੱਤਰੋ, I20 3 ਨੇ, ਅਤੇ ਰੇਟ ਧਮਾਕੇਦਾਰ ਹੋਣਗੇ ਜੀ ਆਪਣੇ? ਪੂਰੇ ਧਮਾਕੇਦਾਰ ਜੀ, ਮਾਰਕੀਟ ਨਾਲੋਂ ਘੱਟ ਹੀ ਹੋਣਗੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਲੈ ਮਿੱਤਰੋ, ਮਾਰਕੀਟ ਨਾਲੋਂ ਘੱਟ ਹੋਣਗੇ ਗੇ, ਠੀਕ ਹੈ। ਡੀਲਰ ਵੀ ਲਿਆਉਂਦੇ ਨੇ ਜਦੋਂ ਗੱਡੀਆਂ ਤੋਂ? ਹਾਂ, ਡੀਲਰ ਵੀ ਲੈ ਜਾਂਦੇ ਨੇ। ਹਾਂ ਜੀ, ਠੀਕ ਹੈ, ਡੀਲਰ ਵੀ ਗੱਡੀਆਂ ਤੋਂ ਲੈ ਕੇ ਜਾਂਦੇ ਨੇ ਆਪਣੇ ਨਾਲ ਹੀ। ਠੀਕ ਹੈ, ਹਾਂ। ਤੇ ਇਹਦੀ ਕੀ ਡਿਟੇਲ ਆਈ ਪਹਿਲੀ I20 ਦੀ? ਇਹ 2015 ਮਾਡਲ ਹੈ ਜੀ। ਠੀਕ ਹੈ, ਆਸਤਾ ਆਪਸ਼ਨਲ ਮਾਡਲ ਹੈ ਜੀ। ਆਸਤਾ ਆਪਸ਼ਨਲ, ਹਾਂ, ਪੁਸ਼ ਬਟਨ ਸਟਾਰਟ ਆ। ਠੀਕ ਹੈ, ਨੈਵੀਗੇਸ਼ਨ ਵਾਲੀ? ਨੈਵੀਗੇਸ਼ਨ ਵਾਲੀ, ਹਾਂਜੀ ਹਾਂਜੀ ਹਾਂਜੀ। ਠੀਕ ਹੈ, ਲੈ ਮਿੱਤਰੋ, ਨੈਵੀਗੇਸ਼ਨ ਵਾਲੀ ਇਹ ਗੱਡੀ ਹੈਗੀ I20, ਆਸਤਾ ਆਪਸ਼ਨਲ। 15 ਮਾਡਲ, 15 ਮਾਡਲ, 10ਵੇਂ ਮਹੀਨੇ ਦੀ ਹੈ ਜੀ। ਚੱਲੀ 77,000, 77,000 ਚੱਲੀ, 77,000 ਜੈਨੂਨ ਚੱਲੀ ਹੋਈ, ਜੈਨੂਨ। ਹਾਂ, ਠੀਕ ਹੈ। ਲੈ ਮਿੱਤਰੋ, ਜੈਨੂਨ ਚੱਲੀ ਹੋਈ ਆ, ਫਸਟ ਓਨਰ ਦੀ ਗੱਡੀ ਆ, ਅਤੇ ਬਾਕੀ ਇੰਟੀਰੀਅਰ ਤੁਸੀਂ ਵੀਰੇ ਦੇਖ ਹੀ ਸਕਦੇ ਹੋ ਨਾ ਗੱਡੀ ਦਾ। ਅਤੇ ਗੱਡੀ ਦੀ ਗੱਲ ਕਰਾਂ ਮੈਂ, ਕਿੰਨੀ ਕੁ ਓਰੀਜਨਲ ਆਈ ਗੱਡੀ ਇਹ? ਗੱਡੀ ਮੰਗੇ ਤਕਰੀਬਨ ਸਾਰੀ ਓਰੀਜਨਲ, ਬੰਪਰ ਬੰਪਰ ਪੇਂਟ ਲਾ ਲਓ, ਬੰਪਰ ਪੇਂਟ, ਕਿੱਦਾਂ ਵੀ ਹੋਰ ਟੱਚਿੰਗ ਮੰਨ ਲਓ ਜੀ। ਠੀਕ ਹੈ, ਟੱਚਿੰਗ ਮੰਨ ਲਓ, ਚੇਂਜ ਕੁਛ ਨਹੀਂ ਹੈਗਾ ਜੀ। 10% ਮੰਨ ਲਈਏ? ਹੈ 10%? ਹਾਂ, 10% ਮੰਨ ਲਓ। ਠੀਕ ਹੈ, ਲੈ ਮਿੱਤਰ, 10% ਮੰਨ ਕੇ ਜੋ, ਟਾਇਰ ਵਧੀਆ ਪਏ ਨੇ, ਕੰਪਨੀ ਫਿਟਡ ਲਾਏ ਨੇਗੇ, ਗੱਡੀ ਸਾਫ਼ ਸੁਥਰੀ ਹੈਗੀ, ਠੀਕ ਹੈ, ਵਧੀਆ ਪਈ ਆ, ਅੰਦਰੋਂ ਵੀ ਵਧੀਆ ਪਈ ਆ ਗੱਡੀ, ਘੈਂਟ ਆ। ਜਿਹਦੀ ਮੈਂ ਗੱਲ ਕਰਾਂ, NOC ਵਗੈਰਾ ਮਿਲ ਜੂ? NOC ਮਿਲੂਗੀ, ਹਾਂਜੀ। ਠੀਕ ਹੈ, ਹਾਂਜੀ, NOC ਕਢਾ ਕੇ ਦੇਵਾਂਗੇ ਜੀ ਨਾਲ। ਅੱਛਾ, NOC ਕਢਾ ਕੇ ਦੇਵਾਂਗੇ। ਨੰਬਰ ਦਾ ਕਿੰਨਾ ਖਰਚਾ ਇਹਦਾ? ਨੰਬਰ 'ਤੇ ਮੰਨ ਕੇ ਚੱਲੋ ਜੀ,
35-37 ਹਜ਼ਾਰ ਰੁਪਇਆ 35-37 ਹਜ਼ਾਰ ਰੁਪਇਆ ਹਾਂ ਹਾਂ ਠੀਕ ਹੈ। ਜਿਹਦਾ ਆਪਾਂ NOC ਨਾਲ ਰੇਟ ਪੁੱਛੇ, ਰੇਟ ਕਿੰਨਾ ਜਿਹਦਾ NOC ਨਾਲ ਰੇਟ ਦਾ 4.5 ਡਿਮਾਂਡ ਕਰਦੇ ਹਾਂ ਜੀ, 4.5 ਡਿਮਾਂਡ ਜੀ, ਹਾਂ 4.40 ਦੇ ਦਾਂਗੇ। ਠੀਕ ਹੈ, 4.40 ਦੀ ਵੀਰੇ ਤੁਹਾਨੂੰ ਗੱਡੀ ਮਿਲ ਜੂ, 4.5 ਦੀ ਡਿਮਾਂਡ ਆ। ਅਤੇ ਜੇ ਤੁਸੀਂ ਨੰਬਰ ਲਵਾ ਕੇ ਲੈਣਾ ਤਾਂ ਹਾਂ ਬਈ ਆਪਣਾ 35 ਹਜ਼ਾਰ ਰੁਪਇਆ 37 ਹਜ਼ਾਰ ਰੁਪਏ ਪਲੱਸ ਕਰ, ਪਲੱਸ ਕਰ, ਠੀਕ ਹੈ। ਅਤੇ ਇਹ 1.5 ਲੱਖ ਦੇ ਕੇ ਮਿਲ ਜੂ ਜੀ ਗੱਡੀ? ਹਾਂਜੀ ਹਾਂਜੀ 1.5 ਲੱਖ। ਲੈ ਮਿੱਤਰੋ 1.5 ਲੱਖ ਰੁਪਏ ਲਿਆਓ, i20 ਲੈ ਜਾਓ, 2015 ਮਾਡਲ, ਠੀਕ ਹੈ ਜੀ, ਫਸਟ ਓਨਰ ਦੀ ਗੱਡੀ। ਹਾਂਜੀ, ਖੜੇ ਆਪਾਂ ਵਿਸ਼ਕਰਮਾ ਮੋਟਰ ਦੇ, ਠੀਕ ਹੈ, ਬਾਕੀ ਤੁਸੀਂ ਚੈੱਕ ਕਰ ਸਕਦੇ ਹੋ। ਅੱਗੇ ਫੇਰ ਵੀਰੇ ਇੱਕ i20 ਆ ਗਈ ਜੀ, ਕੀ ਡਿਟੇਲ ਆ ਇਹਦੀ? ਇਹ 2015 ਮਾਡਲ ਆ ਜੀ। ਹਾਂਜੀ, ਇਹ ਮੈਗਨਾ ਪਲੱਸ ਹੈ ਜੀ। ਮੈਗਨਾ ਪਲੱਸ, ਹਾਂਜੀ। ਇਹਦੇ ਵਿੱਚ ਕੀ ਅੰਤਰ ਆ ਜੀ? ਇਹਦੇ ਵਿੱਚ ਕਾਫੀ ਫਰਕ ਪੈ ਜਾਂਦਾ ਵੀਰੇ, ਕੰਪਨੀ ਲਾਇਬਿਲਟੀ ਆ ਗਏ ਜਿਵੇਂ ਇਹ ਕੰਪਨੀ ਲਾਇਬਿਲਟੀ ਹੈਗੇ, ਠੀਕ ਹੈ, ਠੀਕ ਹੈ ਜੀ, ਤੇ ਉਹ ਚ ਪੁਸ਼ ਬਟਨ ਆ ਗਿਆ ਜੀ, ਪੁਸ਼ ਬਟਨ ਹੈਗਾ ਜੀ, ਠੀਕ ਹੈ, ਤੇ ਹੋਰ ਵੀ ਕਾਫੀ ਫਰਕ ਪੈ ਜਾਂਦਾ ਜੀ ਫਿਊਚਰ ਹੈ ਨਾ। ਠੀਕ, ਆਪਣੇ ਕੋਲ ਜਿੰਨੇ ਵੀ ਗੱਡੇ ਸਾਰੀਆਂ ਡੀਜ਼ਲ ਨਹੀਂ ਆ? ਡੀਜ਼ਲ ਨੇ ਸਾਰੀਆਂ, ਹਾਂ ਠੀਕ ਹੈ। ਲੈ ਮਿੱਤਰੋ ਆਪਣੇ ਕੋਲ ਸਾਰੀਆਂ ਡੀਜ਼ਲ ਗੱਡੀਆਂ ਰਹਿਣਗੀਆਂ। ਤੇ ਓਨਰਾਂ ਦੀ ਗੱਲ ਕਰੀ ਵੀ ਕਿੰਨੇ ਕੁ ਓਨਰ ਤੱਕ ਹੁੰਦੇ? ਓਨਰ ਆਪਣੇ ਫਸਟ ਹੀ, ਫਸਟ ਹੁੰਦੇ ਜ਼ਿਆਦਾਤਰ। ਜੇ ਕੋਈ ਬਾਹਲੀ ਚੰਗੀ ਕਾਰ ਆ ਜਾਏ ਨਵੀਂ ਵਰਗੀ ਤਾਂ ਸੈਕਿੰਡ ਓਨਰ ਵੀ ਲੈ ਲੈਣੇ, ਠੀਕ ਹੈ, ਨਹੀਂ ਤਾਂ ਆਪਣੇ ਫਸਟ ਓਨਰ ਹੀ ਜ਼ਿਆਦਾਤਰ ਗੱਡੀ 'ਚ ਡੀਲ ਕਰਦੇ ਨੇਗੇ। ਮੈਗਨਾ ਪਲੱਸ ਬਾਈ ਸ਼ੀਸ਼ੇ ਦੇ ਨਾਲ ਲਾ ਕੇ ਦਿਖਾ ਦੇ, ਠੀਕ ਹੈ, ਗੱਡੀ ਦਾ ਅੰਦਰੋਂ ਇੰਟੀਰੀਅਰ ਇਹ ਆ ਗਈ ਮੈਗਨਾ ਪਲੱਸ ਇਹਦੇ ਵਿੱਚ, ਠੀਕ ਹੈ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹਦੇ ਵਿੱਚ ਲਾਏ ਲੂਏ ਨਹੀਂ ਆਉਂਦੇ ਹੈਗੇ ਕੰਪਨੀ ਵੱਲੋਂ, ਹੈ ਨਾ। ਅਤੇ ਇਹ ਕਿੰਨੀ ਕੁ ਓਰੀਜਨਲ ਵਾਲੀ ਗੱਡੀ ਕਹਿ ਸਕਦੇ? ਇਹ ਵੀ ਬਸ ਤਕਰੀਬਨ ਸਾਰੀ ਓਰੀਜਨਲ ਵਾਲੀ, ਬੰਪਰ ਬੰਪਰ ਹੈਗੇ ਨੇ ਜੀ, ਠੀਕ ਹੈ, 10-15 ਪੈਸੇ ਲਾ ਲਓ ਬਸ। ਓਕੇ, ਹਾਂ ਕਾਰ ਲੈ ਮਿੱਤਰ, 10-15 ਪੈਸੇ ਲਾ ਲਿਓ। ਇਹ 15 ਮਾਡਲ 12 ਮਹੀਨੇ ਦੀ ਹੈ ਜੀ। ਹਾਂਜੀ ਹਾਂਜੀ, ਠੀਕ ਹੈ। ਅਤੇ ਇਹ ਫਸਟ ਓਨਰ? ਫਸਟ ਓਨਰ ਚੱਲੀ ਕਿੰਨੀ ਜੀ? ਚੱਲੀ 62,000 ਜੀ। 62,000, ਹਾਂਜੀ ਹਾਂਜੀ, ਜਾਂਸੀ ਰਿਕਾਰਡ ਨਾਲ ਚੱਲੀ ਹੋਣੀ ਜੀ। ਹਾਂਜੀ ਹਾਂਜੀ, ਬੰਦਾ ਰਿਕਾਰਡ ਚੈੱਕ ਕਰਾ ਸਕਦਾ, ਠੀਕ ਹੈ। ਅਤੇ ਇਹਦੀ ਗੱਲ ਕਰੀਏ ਰੇਟ ਰੂਟ ਦੀ ਜੀ? ਰੇਟ 4,15,000 ਜੀ। 4,15,000, ਠੀਕ ਹੈ। ਲੈ ਮਿੱਤਰ, 4,15,000 ਦੀ ਇਹ ਗੱਡੀ ਤੁਹਾਨੂੰ ਮਿਲ ਜੂਗੀ। ਅਤੇ 1.5 ਲੱਖ ਦੇ ਕੇ ਵੀ ਮਿਲ ਜੂ ਜੀ? 1.5 ਲੱਖ ਦੇ ਕੇ, ਹਾਂ। ਲੈ ਮਿੱਤਰ, 1.5 ਲੱਖ ਰੁਪਏ ਲਿਓ, ਆਹ ਵੀ ਤੁਹਾਨੂੰ ਗੱਡੀ ਮਿਲ ਜੂ। ਨੰਬਰ 'ਤੇ ਇਹਦਾ ਖਰਚਾ ਕਿੰਨਾ ਇਹਦੇ 'ਤੇ? ਨੰਬਰ 'ਤੇ ਉਹਨੇ ਵੀ ਮੰਨੋ 5-8 ਲੱਖ ਸਕਦਾ, ਠੀਕ ਹੈ। ਲੈ ਮਿੱਤਰ, 5-7 ਘੱਟ ਹੋ ਸਕਦਾ, ਪਰ ਉਹਦੇ ਇੰਨੇ ਮੰਨ ਕੇ ਆਇਓ, ਠੀਕ ਹੈ ਜੀ। ਅਤੇ ਆਹ ਤੁਸੀਂ ਗੱਡੀ ਲੈ ਜਾਓ, ਅੱਗੇ ਇੱਧਰ ਆ ਗਈ ਬਰੇਜ਼ਾ, ਬਹੁਤ ਘੱਟ ਰੇਟ ਸੁਣਿਆ ਮੈਂ। ਹਾਂ ਜੀ, ਇਹ 2019 ਮਾਡਲ ਬਰੇਜ਼ਾ ਜੀ, ਬਿਲਕੁਲ ਨਵੀਂ, ਠੀਕ ਹੈ, ਹਾਂ, 54,500। ਚੈਲੇਂਜ ਰੇਟ ਕਰ ਸਕਦੇ ਇਹ? ਹਾਂਜੀ ਹਾਂਜੀ, ਕਰ ਸਕਦੇ। ਲੈ ਮਿੱਤਰ, ਚੈਲੇਂਜ ਹੈ, ਗੱਡੀ ਮਿਲ ਨਹੀਂ ਸਕਦੀ, ਮਾਰਕੀਟ 'ਚੋਂ ਮਿਲ ਨਹੀਂ ਸਕਦੀ, ਠੀਕ ਹੈ ਜੀ। ਹਾਂਜੀ, ਇਹ ਗੱਡੀ ਚੱਲੀ ਕਿੰਨੀ ਆ? ਚੱਲੀ 52,000 ਜੀ। 52,000 ਚੱਲੀ ਆ? ਲੈ ਮਿੱਤਰ, 52,000 ਗੱਡੀ ਚੱਲੀ ਆ। ਮਾਡਲ ਜੀ? ਮਾਡਲ BDA ਆਪਸ਼ਨ 2019 ਮਾਡਲ, ਠੀਕ ਹੈ। ਲੈ ਮਿੱਤਰ, 2019 ਮਾਡਲ ਆਪਸ਼ਨ ਮਾਡਲ ਜੀ, ਡਬਲ ਏਅਰਬੈਗ ਆ ਗਿਆ, ਠੀਕ ਹੈ। ਲੈ ਮੈਂ ਤੁਹਾਨੂੰ ਇਹਦਾ ਵੀਰ ਪੋਰਨਟ ਵੀ ਦਿਖਾਉਂਗਾ ਗੱਡੀ ਦਾ, ਤੁਹਾਨੂੰ ਦਿਖਾਉਣਾ ਵੀਰੇ ਕਿੰਨੀ ਕੁ ਨਵੀਂ ਹੈ ਗੱਡੀ ਇਹ। ਚੱਕ ਵੀ ਪੋਰਨਟ ਮੜਾ ਇਹਦਾ, ਆਇਆ ਵੀਰੇ ਪੋਰਨਟ ਦਿਖਾ ਦੇ ਗੱਡੀ, ਆ ਇੰਜਨ ਦਿਖਾ, ਪੌਣ ਚੱਕ ਸ਼ੀਸ਼ੀ ਹੈ ਜੀ। ਵਾਹ ਜੀ ਵਾਹ, ਕੰਪਨੀ ਮੇਡ ਹੈ ਬਾਈ, ਚੈੱਕ ਕਰੋ ਗੱਡੀ ਤੁਸੀਂ, ਮੈਂ ਕਿਹਾ ਲਿਸ਼ਕਾ ਮਾਰ ਦਿਆ, ਚੱਕੋ ਬਾਈ, ਨਵੇਂ ਸਾਲ ਦਾ ਤੋਹਫਾ ਇਹਨੂੰ ਕਹਿੰਦੇ ਹੈਗੇ, ਠੀਕ ਹੈ। ਆ ਬਾਈ ਸ਼ੀਸ਼, ਮੈਂ ਕਹਿੰਦਾ ਜੀ ਜਮੀ ਨਵੇਂ ਵਰਗਾ ਪੈਣਾ, ਲਾਈਟਾਂ ਲੁੱਟਾਂ ਜੀ। ਹਾਂਜੀ ਹਾਂਜੀ ਵੀਰੇ, ਠੀਕ ਹੈ। ਲੈ ਮਿੱਤਰੋ, ਘੈਂਟ ਗੱਡੀ ਹੈਗੀ, 19 ਮਾਡਲ ਹੈ ਨਾ ਜੀ। ਹਾਂਜੀ ਹਾਂਜੀ, ਕਰ ਦਿਓ ਜੀ ਬੰਦ ਨੂੰ। ਫਸਟ ਪਾਰਟੀ ਹੈ ਜੀ ਵੀ? ਫਸਟ ਉੱਧਰ ਜੀ, ਫਸਟ ਪਾਰਟੀ ਦੀ ਬਾਈ ਜੀ ਇਹ ਗੱਡੀ ਆ। BDA ਆਪਸ਼ਨਲ ਡੀਜ਼ਲ ਵੇਰੀਐਂਟ ਦੀ ਗੱਡੀ, ਏਅਰਬੈਗ ਵਾਲਾ ਮਾਡਲ, ਡਬਲ ਏਅਰਬੈਗ ਆ ਜਾਂਦੇ ਵਿੱਚ। ਇਹਦੇ ਨੰਬਰ ਦਾ ਕਿੰਨਾ ਖਰਚਾ ਜੀ? ਨੰਬਰ ਦੇ ਬਸ ਮੰਨ ਕੇ ਚਲੋ ਜੀ 35-36 ਹਾਂ ਬਸ, ਠੀਕ ਹੈ, 35-40 ਵਿੱਚ। ਓਕੇ, ਹਾਂ ਜੀ। ਬਾਕੀ ਵੀਰੇ ਤੁਸੀਂ ਗੱਡੀ ਦਾ ਇੰਟੀਰੀਅਰ ਚੈੱਕ ਕਰ ਸਕਦੇ ਹੋਗੇ, ਸਾਫ਼ ਸੁਥਰਾ ਇੰਟੀਰੀਅਰ ਹੈਗਾ, ਠੀਕ ਹੈ, ਸੀਟਾਂ ਸੁੱਟਾਂ ਵਧੀਆ ਪਈਆਂ ਨੇਗੀਆਂ। ਅਤੇ ਲਓ ਫਿਰ ਇਹਦਾ ਧਮਾਕਾ ਦੇ ਦਿਓ ਵੀ ਆਪਾਂ ਇਦੋਂ ਘੱਟ ਦੇਣੀ ਨਹੀਂ ਹੈਗੀ, ਇੰਨੀ ਡਿਮਾਂਡ ਹੈਗੀ। ਫਿਕਸ ਰੇਟ ਜੀ? ਡਿਮਾਂਡ ਹੈਗੀ 7 ਲੱਖ ਰੁਪਇਆ। 7 ਲੱਖ ਡਿਮਾਂਡ ਆ, ਅਤੇ 685 ਦੇਣੀ ਹੈ ਜੀ। ਪੱਕੀ ਗੱਲ ਆ, ਜੇ ਕਦੋਂ ਕਾਰ ਮਿਲ ਜੇ 19 ਮਾਡਲ, 19 ਮਾਡਲ, ਇੱਕ ਵਾਰੀ ਕਾਪੀ ਚੈੱਕ ਕਰ ਲਓ, ਚੈੱਕ ਰੱਖੀ ਵੀਰੇ। ਲਓ ਜੀ ਮਿੱਤਰੋ, 7 ਲੱਖ ਦੀ ਡਿਮਾਂਡ ਹੈਗੀ, ਠੀਕ ਹੈ। ਅਤੇ ਬਾਈ 685,000 ਦੀ ਗੱਡੀ ਤੁਹਾਨੂੰ ਮਿਲ ਜੂਗੀ, ਠੀਕ ਹੈ। ਬਾਕੀ ਗੱਲਬਾਤ ਕਰ, ਅੰਦਰ ਵੀ ਗੱਡੀ ਖੜੀ ਨਹੀਂ ਆਪਣੇ ਕੋਲ? ਹਾਂਜੀ ਅੰਦਰ ਹੀ ਖੜੀਆਂ ਨੇ, ਆਇਓ ਅੰਦਰ ਦਿਖਾਉਂਦੇ ਹਾਂ ਗੱਡੀਆਂ। ਅੱਗੇ ਆ ਗਈ ਆਪਣੀ ਬਲੀਨੋ, ਆ ਗਈ ਬਲੀਨੋ, ਦਿਖਾਉਂਦੇ ਆ ਜੋ, ਬਹੁਤ ਵੀ ਡਿਮਾਂਡ ਕਰਦੇ ਸਾਨੂੰ ਯਾਰ, ਬਲੀਨੋ ਵੀ ਦਿਖਾਓ, ਆਹ ਬਲੀਨੋ ਚੱਕ ਕਰੋ ਜੀ।
ਕੀ ਡਿਟੇਲ ਹੈ ਇਹਦੀ? ਬਲੀਨੋ 2015 ਮਾਡਲ ਹੈ ਜੀ। ਅੱਛਾ ਜੀ। ਅਤੇ ਆਪਣਾ ਡੈਲਟਾ ਮਾਡਲ ਹੈ ਜੀ। ਡੈਲਟਾ ਮਾਡਲ, ਹਾਂ ਹਾਂ ਜੀ, ਠੀਕ ਹੈ ਜੀ। ਅਤੇ ਬਿਲਕੁਲ ਨਵੀਂ ਗੱਡੀ ਹੈ ਜੀ, 74-72 ਹਜ਼ਾਰ ਹੈਗੀ। ਠੀਕ ਹੈ ਜੀ। ਹਾਂ ਜੀ। ਕਿਵੇਂ ਗੱਡੀ ਦਾ ਇੰਟੀਰੀਅਰ ਕਿਵੇਂ ਹੈਗਾ? ਗੱਡੀ ਦਾ ਇੰਟੀਰੀਅਰ ਬਿਲਕੁਲ ਸਾਫ ਨਵਾਂ। ਠੀਕ ਹੈ, ਲੈ ਮਿੱਤਰਾ ਅੰਦਰ ਦਿਖਾ ਦੇ, ਲਖਵਿੰਦਰ ਨੂੰ ਕਹੂੰਗਾ ਵੀ ਅੰਦਰੋਂ ਵਧੀਆ ਦਿਖਾ ਦੇ ਤਰੀਕੇ ਨਾਲ। ਬਿਲਕੁਲ ਨਵੇਂ ਜੀ। ਠੀਕ ਹੈ। ਲੈ ਮਿੱਤਰੋ ਸੀਟ ਕਵਰ ਵਧੀਆ ਪੈ ਨੇਗੇ, ਗੱਡੀ ਸੋਹਣੀ ਹੈਗੀ। ਇਹ ਵੀ ਡੀਜ਼ਲ ਹੈ ਜੀ? ਡੀਜ਼ਲ ਜੀ, ਡੀਜ਼ਲ। ਠੀਕ ਹੈ, ਲੈ ਮਿੱਤਰੋ ਡੀਜ਼ਲ ਵੇਰੀਐਂਟ 'ਤੇ ਆਪਣੇ ਕੋਲ ਗੱਡੀਆਂ ਨੇ ਇਸ ਟਾਈਮ। ਠੀਕ ਹੈ। ਅਤੇ ਇਹਦੀ ਗੱਲ ਕਰੀਏ ਜੀ, ਫਸਟ ਓਨਰ ਆ ਨਾ ਇਹ? ਫਸਟ ਓਨਰ ਹੈ ਜੀ। ਕੀ ਡੇਟ ਹੋ ਇਹਦੀ ਡਿਮਾਂਡ? ਡਿਮਾਂਡ ਇਹਦੀ ਹੈਗੀ 4.25 ਲੱਖ। 4.25 ਲੱਖ ਰੁਪਇਆ? ਠੀਕ ਹੈ। ਲੈ ਮਿੱਤਰੋ 4.25 ਦੀ ਡਿਮਾਂਡ ਆ, 1.5 ਲੱਖ ਦੇ ਕੇ ਵੀ ਮਿਲ ਜੂ, ਹੈ ਨਾ ਜੀ? ਹਾਂਜੀ ਹਾਂਜੀ। ਠੀਕ ਹੈ। ਅੱਗੇ ਇੱਧਰ ਆ ਗਈ ਇੱਕ i20। ਹਾਂਜੀ। ਇਹਦੀ ਕੀ ਡਿਟੇਲ ਆ? ਇਹ 2014 ਮਾਡਲ ਹੈ ਜੀ। ਠੀਕ ਹੈ ਜੀ। ਮੈਗਨਾ ਪਲੱਸ ਮਾਡਲ ਹੈ ਜੀ। ਠੀਕ ਹੈ ਜੀ। ਹਾਂਜੀ। ਚੱਲੀ ਇਹ 61,000 ਹੈ ਜੀ। 61,000 ਚੱਲੀ ਹੋਈ ਆ ਮਿੱਤਰੋ। ਠੀਕ ਹੈ। ਫਸਟ ਓਨਰ ਦੀ ਪਾਰਟੀ ਆ, 2015 ਮਾਡਲ, 10 ਪੈਸੇ 15 ਪੈਸੇ ਮੰਨ ਕੇ ਚੱਲੋ ਵੀ ਹੋ ਸਕਦਾ ਵੀ ਟੱਚ ਹੋਵੇ, ਹੈ ਨਾ ਜੀ? ਹਾਂਜੀ ਹਾਂਜੀ। ਠੀਕ ਹੈ। ਬਾਕੀ ਬਾਈ ਗੱਡੀ ਦਾ ਮੈਗਨਾ ਪਲੱਸ ਆ ਜੀ। ਠੀਕ ਹੈ। ਸਟੀਅਰਿੰਗ ਕੰਟਰੋਲ ਵਾਲੀ, ਕੰਪਨੀ ਸਿਸਟਮ ਵਾਲੀ। ਅੱਛਾ ਜੀ। ਹਾਂਜੀ ਹਾਂਜੀ। ਠੀਕ ਹੈ। ਮਤਲਬ ਜ਼ਿਆਦਾ ਫਰਕ ਨਹੀਂ ਹੈਗਾ, ਹੈ ਨਾ ਜੀ ਇਹਦੇ ਵਿੱਚ? ਨਹੀਂ, ਕੋਈ ਬਾਹਲਾ ਫਰਕ ਨਹੀਂ ਹੁੰਦਾ ਜੀ। ਹਾਂ ਜੀ, ਥੋੜ੍ਹਾ ਮੋਟੇ ਫਿਊਚਰ ਦਾ ਫਰਕ ਹੁੰਦਾ ਜੀ। ਠੀਕ ਹੈ। ਹਾਂ ਹਾਂ। ਬਾਕੀ ਵੀਰੇ ਤੁਸੀਂ ਗੱਡੀ ਚੈੱਕ ਕਰੋ, ਸੋਹਣੀ ਹੈਗੀ। ਅਤੇ ਇਹਦਾ ਕੀ ਡੇਟ ਹੋਇਆ ਜੀ, ਰੇਟ ਰੂਟ? ਇਹਦਾ 4 ਲੱਖ ਰੁਪਏ। 4 ਲੱਖ ਰੁਪਇਆ। ਲੈ ਮਿੱਤਰੋ 4 ਲੱਖ ਦੀ ਇਹ ਤੁਹਾਨੂੰ ਮਿਲ ਜੂਗੀ। ਇਹ 'ਤੇ ਵੀ ਲੋਨ ਹੋਜੂ ਜੀ? ਹਾਂਜੀ ਹਾਂਜੀ, ਲੋਨ ਹੋਜੂ। ਠੀਕ ਹੈ। ਲੈ ਮਿੱਤਰੋ ਲੋਨ ਵੀ ਹੋਜੂ ਇਹਦੇ 'ਤੇ, ਗੱਲਬਾਤ ਤੁਸੀਂ ਕਰ ਲਿਓ। ਠੀਕ ਹੈ। 1.5 ਲੱਖ ਰੁਪਏ ਭਰ ਕੇ ਬਈ ਤੁਸੀਂ ਆਹ i20 ਗੱਡੀ ਆਪਣੇ ਘਰ ਲਿਆ ਹੈ ਦਿਓ। ਠੀਕ ਹੈ। ਅਤੇ ਅੱਗੇ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਵੀਰੇ ਕ੍ਰੇਟਾ ਖੜੀਆਂ ਗੱਡੀਆਂ। ਠੀਕ ਹੈ। ਕ੍ਰੇਟਾ ਦੀ ਕੀ ਡਿਟੇਲ ਆ ਜੀ? ਕ੍ਰੇਟਾ ਜੀ ਇਹ 2016 ਮਾਡਲ ਹੈ ਜੀ, SX ਮਾਡਲ ਹੈ ਜੀ ਇਹ। ਠੀਕ ਹੈ ਜੀ। ਹਾਂਜੀ। ਠੀਕ ਹੈ। ਲੈ ਮਿੱਤਰੋ XX ਮਾਡਲ ਆ, ਟੌਪ ਮਾਡਲ। ਹਾਂਜੀ। ਠੀਕ ਹੈ। ਅਤੇ ਕਿੰਨਾ ਮਾਡਲ ਆ ਜੀ ਇਹ? 2016 ਮਾਡਲ ਹੈ। 16 ਮਾਡਲ ਚੱਲੀ ਹੈਗੀ 72,000 ਜੀ। 72,000 ਚੱਲੀ ਹੈ ਜੀ। ਹਾਂਜੀ। ਲੈ ਮਿੱਤਰੋ 72,000 ਗੱਡੀ ਚੱਲੀ ਹੋਈ ਹੈਗੀ, ਗੱਡੀ ਸਾਫ਼ ਸੁਥਰੀ ਹੈਗੀ। ਬਿਲਕੁਲ ਨਵੀਂ ਗੱਡੀ ਹੈ ਜੀ। ਓਰੀਜਨਲ ਆ ਜੀ ਇਹ? ਸਾਰੀ ਗੱਡੀ ਓਰੀਜਨਲ, ਬੰਪਰ ਟੂ ਬੰਪਰ। ਅੱਛਾ, ਬੰਪਰ ਟੂ ਬੰਪਰ ਓਰੀਜਨਲ ਹੈ? ਹਾਂਜੀ। ਲੈ ਮਿੱਤਰੋ ਬੰਪਰ ਟੂ ਬੰਪਰ ਗੱਡੀ ਓਰੀਜਨਲ ਆ, ਪ੍ਰੋਜੈਕਟਰ ਲਾਈਟਾਂ 'ਚ ਆ ਜਾਂਦੀਆਂ ਇਹ, ਟਾਇਰ ਟੂਰ ਵਧੀਆ ਨੇ ਗੱਡੀ ਦੇ। ਹਾਂ ਜੀ, ਨਵੇਂ ਵਰਗੇ। ਠੀਕ ਹੈ ਜੀ। ਅੰਦਰੋਂ ਕਿਵੇਂ ਵਧੀਆ ਗੱਡੀ? ਅੰਦਰੋਂ ਇੰਟੀਰੀਅਰ ਬਿਲਕੁਲ ਸਾਫ ਨਵਾਂ ਜੀ। ਦਿਖਾ ਦੇ ਵੀਰੇ, ਹੈ ਨਾ, ਲਖਵਿੰਦਰ ਨੂੰ ਅੰਦਰੋਂ ਦਿਖਾ ਦੇ ਵੀਰੇ ਵਧੀਆ ਤਰੀਕੇ ਨਾਲ। ਲਖਵਿੰਦਰ ਦਿਖਾਈ ਵੀਰੇ, ਆਹ ਚੈੱਕ ਕਰੋ ਬਾਈ ਤੁਸੀਂ, ਹੈ ਨਾ, ਗੱਡੀ ਦਾ ਇੰਟੀਰੀਅਰ ਸੋਹਣੀਆਂ, ਸਾਫ ਸੁਥਰੀ ਹੈਗੀ, ਸੀਟਾਂ ਸੁੱਟਾਂ ਵਧੀਆ ਨੇ ਗੱਡੀ ਦੀਆਂ। ਅਤੇ ਕਿੰਨੀ ਚੱਲੀ ਹੋਈ ਇਹ? ਇਹ ਚੱਲੀ 72,000 ਜੀ। 72,000 ਲੈ ਮਿੱਤਰੋ, 72,000 ਗੱਡੀ ਇਹ ਚੱਲੀ ਹੋਈ ਆ। ਗੱਡੀ ਦੇ ਇਹਦੇ ਮੈਂ ਰੇਟ ਦੀ ਗੱਲ ਕਰਾਂ ਜੀ, ਕਿੰਨਾ ਰੇਟ ਇਹਦਾ? ਰੇਟ ਹੈਗਾ ਜੀ ਆਪਣਾ ਇਹਦਾ 7,50,000 ਰੁਪਇਆ। 7,50,000। 50,000 ਦਾ ਨੰਬਰ? 50,000 ਨੰਬਰ। ਲੈ ਮਿੱਤਰੋ 8 ਲੱਖ ਰੁਪਏ, 8 ਲੱਖ ਰੁਪਏ ਦੀ ਮਿਲ ਜੂ ਜੇ ਪੰਜਾਬ ਨੰਬਰ ਲੈਣੀ ਆ। ਜੇ NOC ਨਾਲ ਲੈਣੀ ਆ ਤਾਂ 7,50,000 ਦੀ 2 ਲੱਖ ਭਰ ਕੇ ਮਿਲ ਜੂ ਇਹ। ਹਾਂਜੀ ਹਾਂਜੀ। ਲੈ ਮਿੱਤਰੋ 2 ਲੱਖ ਭਰ ਕੇ ਤੁਸੀਂ ਕ੍ਰੇਟਾ ਗੱਡੀ ਲੈ ਜਾਓ, ਟੌਪ ਵਾਲਾ, ਹੈ ਨਾ ਮਾਡਲ। ਹਾਂਜੀ। ਇੱਕ ਇੱਧਰ ਆ ਗਈ ਜੀ, ਇਹ ਵੀ ਕ੍ਰੇਟਾ ਜੀ, ਇਹ 2015 ਮਾਡਲ ਹੈ ਜੀ। ਇਹ ਕਿਹੜਾ ਹੈ? ਆਪਸ਼ਨਲ ਵਾਲੀ ਮਾਡਲ ਹੈ? ਆਪਸ਼ਨ ਮਾਡਲ ਹੈ ਜੀ। ਹਾਂ, ਠੀਕ ਹੈ ਜੀ। ਹਾਂਜੀ ਹਾਂਜੀ। ਲੈ ਮਿੱਤਰੋ ਆਪਸ਼ਨਲ ਮਾਡਲ, ਫੀਚਰ ਫਰਕ ਪੈ ਜਾਂਦੇ, ਪੁਸ਼ ਬਟਨ ਆ ਗਏ ਜੀ। ਅੱਛਾ। ਹਾਂ ਜੀ, ਨੈਵੀਗੇਸ਼ਨ ਸਿਸਟਮ ਆ ਗਈ। ਠੀਕ ਹੈ। ਤੇ ਫਿੰਗਰ ਸਿਸਟਮ ਆ ਗਈ। ਅੱਛਾ। ਹਾਂ, ਮਾਗੇ ਫਿੰਗਰਾਂ ਨਾਲ ਹੀ ਖੁੱਲਦੀ ਹੈ ਜੀ ਕਾਰ ਇਹ। ਅੱਛਾ ਜੀ। ਹਾਂ ਹਾਂ ਜੀ, ਠੀਕ ਹੈ। ਲੈ ਮਿੱਤਰੋ ਬੰਦਾ ਚਾਬੀ ਜੇਬ 'ਚ ਰੱਖੇ, ਕੱਢਣ ਦੀ ਲੋੜ ਨਹੀਂ। ਅੱਛਾ, ਠੀਕ ਹੈ। ਜੇ ਚਾਬੀ ਵਿੱਚ ਰਹੇ, ਚਾਬੀ ਵਿੱਚ ਰਹਿੰਦੀ ਜੇਬ 'ਚ ਬਾਹਰ ਰੱਖੋ। ਅੱਛਾ, ਠੀਕ ਹੈ। ਲੈ ਮਿੱਤਰੋ ਗੱਡੀ ਚੈੱਕ ਕਰੋ, ਸੋਹਣੀ ਗੱਡੀ ਆ, ਸਾਫ਼ ਸੁਥਰੀ ਗੱਡੀ ਹੈਗੀ। XX ਆਪਸ਼ਨਲ ਮਾਡਲ ਆ, ਪੁਸ਼ ਬਟਨ ਵਾਲਾ ਬਾਈ ਮਾਡਲ ਆ, ਏਅਰਬੈਗ ਵਾਲਾ ਮਾਡਲ ਹੈਗਾ, ਟਾਇਰ ਵਧੀਆ ਪੈ ਨੇਗੇ ਬਾਈ। ਇੱਕ ਗਰੰਟੀ ਇਹ ਲੈਂਦਾ ਗਾ ਵੀ ਜਿਹੜਾ ਵੀਰ ਉਰੇ ਆਊਗਾ, ਜੇ ਗੱਡੀ ਤੁਸੀਂ ਦੇਖਣੀ ਹੈਗੀ ਨਵੀਂ ਵਰਗੀ, ਤਾਂ ਬਾਈ ਇੱਥੋਂ ਤੁਸੀਂ ਵਾਪਸ ਨਹੀਂ ਮੁੜਦੇ ਹੈਗੇ, ਗੱਡੀ ਤੁਸੀਂ ਲੈ ਕੇ ਜਾਵੋਗੇ। ਇੰਨੀਆਂ ਕੁ ਬਾਈ ਸੋਹਣੀਆਂ ਗੱਡੀਆਂ ਨੇਗੀਆਂ, ਕੁਛ ਇਹ ਨਹੀਂ ਹੈਗਾ ਵੀਰੇ ਆਪਾਂ ਵੀ ਵੀਡੀਓ ਬਣਾਉਣ ਦੇ ਚੱਕਰ 'ਚ ਤੁਹਾਨੂੰ ਦਿਖਾ ਰਹੇ ਹਾਂਗੇ, ਗੱਡੀਆਂ ਵੀਰੇ ਬਾਕੀ ਸੋਹਣੀਆਂ ਨੇਗੀਆਂ। ਠੀਕ ਹੈ। ਸੋਹਣੀਆਂ ਨੂੰ ਸੋਹਣੀ ਕਹਾਂਗੇ, ਪਿੱਛੇ ਵਰਗੀਆਂ ਗੱਡੀਆਂ ਪਈਆਂ ਨੇਗੀਆਂ। ਠੀਕ ਹੈ। ਇਹਦੀ ਕੀ ਹੋਈ ਰੇਟ ਰੂਟ? ਰੇਟ ਇਹਦਾ ਕਿ 6,60,000 ਰੁਪਏ। 6,60,000 ਰੁਪਇਆ। ਲੈ ਮਿੱਤਰੋ 6,60,000। ਕਿੰਨਾ ਮਾਡਲ ਸੀ ਇਹ? 2015 ਜੀ। 15 ਮਾਡਲ, SX ਆਪਸ਼ਨਲ। ਠੀਕ ਹੈ। ਟੌਪ ਮਾਡਲ 6,60,000।
ਐਨਓਸੀ ਨਾਲ ਹਜੇ ਤੁਹਾਨੂੰ ਵੀਰੇ ਗੱਡੀ ਮਿਲ ਜੂਗੀ, ਠੀਕ ਹੈ। ਇੱਧਰ ਆ ਗਈ ਕਹਿੰਦੇ ਜੀ ਕਾਲੀ ਸਕਾਰਪੀਓ ਜਿਹਦੀ ਤੁਸੀਂ ਬਾਈ ਵੇਟ ਕਰੀ ਜਾਂਦੇ ਹੋਗੇ, ਠੀਕ ਹੈ। ਇਹ ਕਿੱਥੋਂ ਲੈ ਕੇ ਆਏ ਤੁਸੀਂ ਪਹਿਲਾਂ ਦੱਸੋ ਮੈਨੂੰ? ਦਿੱਲੀ ਤੋਂ ਜੀ। ਦਿੱਲੀ ਤੋਂ ਲੈਂਦੇ ਆ, ਠੀਕ ਹੈ। ਅੱਛਾ, ਆਪਣੇ ਕੋਲ ਕਿੰਨੀਆਂ ਕੁ ਇਹੋ ਜਿਹੀਆਂ ਗੱਡੀਆਂ ਹੁੰਦੀਆਂ ਵੀ ਜਿਹੜਾ ਆਉਣ ਸਾਰੀ ਵੇਚ ਜਾਂਦੇ ਨੇ ਇਹ? ਬਾਕੀ ਕਾਫੀ ਗੱਡੀਆਂ ਮਹੀਨੇ 'ਚ 10 ਗੱਡੀਆਂ ਵੇਚ ਦਿੰਦੇ 12 ਨਹੀਂ, ਆਹ ਸਕਾਰਪੀਓ ਦੀ ਗੱਲ ਸਕਾਰਪੀਓ। ਹਾਂ ਜੀ, ਅੱਛਾ ਹਾਂਜੀ। ਲੈ ਮਿੱਤਰ ਇੱਥੇ ਆਉਂਦੀ ਬਾਅਦ 'ਚ ਗੱਡੀ ਪਹਿਲਾਂ ਸੇਲ ਹੁੰਦੀ, ਹੋਰ ਵੀ ਆਪਣੇ ਕੋਲ ਗੱਡੀ ਕੋਈ? ਹਾਂਜੀ, ਇਹਦੇ ਨਾਲ ਇੱਕ ਕਾਰ ਹੋ ਰਹੀ ਆਪਣੇ ਨਵੇਂ, ਅੱਛਾ ਕੰਮ ਲੱਗੀ ਹੋਈ ਹੈਗੀ, ਠੀਕ ਹੈ। ਹਾਂ, ਬੰਪਰ ਬੰਪਰ ਹੀ ਕਰਾ ਰਹੇ, ਠੀਕ ਹੈ। ਇਹ ਕਿੰਨਾ ਮਾਡਲ ਇਹ? ਇਹ 2017 ਮਾਡਲ ਜੀ। 17 ਮਾਡਲ, ਹਾਂਜੀ ਹਾਂਜੀ। ਇਹ ਓਰੀਜਨਲ ਕਿੰਨੀ ਕਾ ਜੀ? ਸਾਰੀ ਗੱਡੀ ਓਰੀਜਨਲ ਹੈ, ਬੰਪਰ ਟੂ ਬੰਪਰ ਓਰੀਜਨਲ ਹੈ ਯਾਰ ਸਾਰੀ ਹੋਈ। ਹਾਂਜੀ ਹਾਂਜੀ, ਦੇਖ ਲਓ 10 ਮਾਡਲ ਜੀ। ਤੇ ਕੈਪਟਨ ਸੀਟ ਵਾਲੀਆਂ ਜੀ, ਕੈਪਟਨ ਸੀਟ ਵਾਲੀ, ਇੱਕ ਕੈਪਟਨ ਸੀਟ ਵਾਲੀ ਘੱਟ ਗੱਡੀ ਬਹੁਤ ਘੱਟ ਮਿਲਦੀ ਹੈ ਜੀ। ਲਓ ਜੀ, ਮਤਲਬ ਆਪਣੇ ਕੋਲ ਹਾਜ਼ਰ ਹੈ। ਆਹ ਚੈੱਕ ਕਰੋ ਬਈ, ਗੱਡੀ ਤੁਸੀਂ ਕੈਪਟਨ ਸੀਟ ਦੇ ਵਿੱਚ S10 ਫਸਟ ਓਨਰ, ਚੱਲੀ ਕਿੰਨੀ ਹੈ ਜੀ ਇਹ? ਚੱਲੀ ਹੋਈ ਹੈ 86,000 ਜੀ। 86,000 ਮਿੱਤਰੋ, ਵਿਦ ਰਿਕਾਰਡ 86,000 ਚੱਲੀ ਹੋਈ ਹੈਗੀ। ਬਹੁਤ ਵੀ ਡਿਮਾਂਡ ਕਰਦੇ ਬਈ, ਸਾਨੂੰ ਗੱਡੀ ਚਾਹੀਦੀ ਆ, ਸਕਾਰਪੀਓ ਵੀ ਚਾਹੀਦੀ ਸਾਨੂੰ, ਕਾਲੀ ਲਾਈਟ ਵਾਲੇ ਬਿਲਕੁਲ ਨਵੇਂ ਲਾਈਟ ਟਾਇਰ ਦਾ ਬਿਲਕੁਲ ਬਈ, ਝਾਕਰੀਆਂ ਵਾਲੇ, ਹੈ ਨਾ, ਠੀਕ ਹੈ। ਗੱਡੀ ਦੇਖੋ ਬਈ, ਰੂਹ ਖੁਸ਼ ਹੁੰਦੀ ਆ ਬਈ ਗੱਡੀ ਦੇਖ ਕੇ ਨਾ, ਠੀਕ ਹੈ। ਜਿਹੜਾ ਕੋਈ ਵੀਰ ਆਊਗਾ, ਹੈ ਨਾ, ਮਿੱਥ ਕੇ ਆਊਗਾ ਇਹ ਗੱਡੀ ਲੈਣੀ ਹੈਗੀ, ਠੀਕ ਹੈ। ਪਰ ਗਰੰਟੀ ਵੀ ਇੰਨੀ ਹੈਗੀ, ਗੱਡੀ ਵੀ ਸੋਹਣੀ ਆ, ਫੁੱਲ ਗਰੰਟੀ ਹੈ ਜੀ, ਫੁੱਲ ਗਰੰਟੀ ਹੈ ਗੱਡੀ ਦੀ ਬਈ, ਠੀਕ ਹੈ। ਅਤੇ ਤਾਂ ਹੋ ਗਈ ਬਈ ਇਹਦੀ ਤੁਸੀਂ ਲੁੱਕ ਦੇ ਲਈ, ਹੁਣ ਤੁਹਾਨੂੰ ਮੈਂ ਰੇਟ ਦੱਸ ਦਿਆਂਗੇ। ਇਹਦਾ NOC ਨਾਲ ਕੀ ਰੇਟ ਆ ਜੀ, ਪੰਜਾਬ ਨੰਬਰ ਨਾਲ ਕੀ ਰੇਟ ਆ? NOC ਨਾਲ ਆਪਣਾ ਹੈਗਾ ਜੀ ਇਹਦਾ 11.5 ਲੱਖ ਰੁਪਇਆ। NOC ਨਾਲ 11.5 ਲੱਖ, 62,000 ਨੰਬਰ 'ਤੇ ਆਊਗਾ ਖਰਚਾ ਜੀ। ਹਾਂ, ਉਹ ਵਿੱਚ ਪਲੱਸ ਹੋ ਜਾਣਗੇ, ਠੀਕ ਆ। ਡੀਲਰਾਂ ਨੇ ਕਿੰਨਾ ਰੇਟ ਲਾਇਆ ਜੀ ਇਹਦੇ? ਡੀਲਰ ਆਪਣਾ 11,15,000 ਲਾ ਗਏ ਸੀ। ਅੱਛਾ, ਲਾ ਗਏ ਸੀ ਮਿੱਤਰੋ, 11,15,000 ਡੀਲਰ ਲਾ ਗਏ ਨੇ। ਇੱਥੋਂ ਡੀਲਰ ਵੀ ਵੀਰੇ ਬਹੁਤ ਲਿਆਉਂਦੇ ਨੇ ਗੱਡੀਆਂ, ਠੀਕ ਹੈ। 11.5 ਲੱਖ ਦੀ ਦੇ ਦੋਗੇ NOC ਨਾਲ? ਹਾਂਜੀ ਹਾਂਜੀ ਹਾਂਜੀ। ਨੰਬਰ ਲਵਾ ਕੇ ਜੀ? ਹਾਂਜੀ ਹਾਂਜੀ। ਨਹੀਂ ਨਹੀਂ, ਨੰਬਰ ਲਵਾ ਕੇ ਕਿੰਨੀ? ਨੰਬਰ ਲਾ ਕੇ 60,000 ਵਿੱਚ ਪਲੱਸ ਕਰ, 60,000 ਪਲੱਸ ਹੋ ਜੂ ਮਿੱਤਰੋ। ਨੰਬਰ ਦੇ 60,000 ਪਲੱਸ ਹੋ ਜੂ, 4,00,000 ਭਰ ਕੇ ਮਿਲ ਜੂ ਗੱਡੀ। ਹਾਂਜੀ ਹਾਂਜੀ ਹਾਂਜੀ। ਮਿੱਤਰੋ 4,00,000 ਰੁਪਏ ਭਰ ਕੇ ਤੁਸੀਂ ਆਹ ਸਕਾਰਪੀਓ ਲਿਆ ਦਿਓ ਗੱਡੀ, ਠੀਕ ਹੈ। ਅਤੇ ਬਾਕੀ ਬਾਈ ਹੁਣਾਂ ਨਾਲ ਗੱਲਬਾਤ ਕਰ ਲਿਓ, ਮੋਬਾਈਲ ਨੰਬਰ ਚੱਲਦੇ ਹੋਣਗੇ ਸਕਰੀਨ 'ਤੇ, ਅਤੇ ਆਪਣੇ ਵੀਡੀਓ ਤੁਹਾਨੂੰ ਕਿਵੇਂ ਲੱਗਦੇ ਨੇ ਜ਼ਰੂਰ ਦੱਸਿਓ, ਅਤੇ ਆਪਣਾ ਐਡਰੈਸ ਦੁਬਾਰਾ ਲਿਖੋ ਜੀ ਮਾੜਾ ਜਿਹਾ। ਆਪਣਾ ਵੀਰੇ ਹੈਗਾ ਜੱਖ ਰੋਡ, ਹਾਂਜੀ, ਪਿੰਡ ਸ਼ਾਇਲੀ, ਪਿੰਡ ਸਾਲੀ, ਹਾਂ, ਮੇਨ ਜੱਖ ਰੋਡ ਉੱਪਰ ਵਿਸ਼ਕਰਮਾ ਮੋਟਰ ਵੀਰੇ ਖੜੇ ਹੈਗੇ ਇਸ ਟਾਈਮ, ਡਿਸਟ੍ਰਿਕਟ ਸੰਗਰੂਰ, ਤਹਿਸੀਲ ਸੁਨਾਮ, ਅਤੇ ਬਾਕੀ ਗੱਲਬਾਤ ਕਰ ਲਿਓ, ਠੀਕ ਹੈ ਵੀਰ ਜੀ। ਹੈ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ ਜੀ, ਗੱਡੀਆਂ ਬਹੁਤ ਘੈਂਟ ਰਹੀਆਂ। ਥੈਂਕ ਯੂ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ ਵੀਰੇ, ਮਿਲਦੇ ਹਾਂ ਅਗਲੀ ਵੀਡੀਓ 'ਚ।